ਪਨੇਰ ਸਾਹਿਬ, ਇਹਨਾਂ ਆਦੇਸ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ, ਕਿਉਂਕਿ ਇੱਕ ਜਨਹਿਤ ਪਟੀਸ਼ਨ ਤੋਂ ਬਾਅਦ ਇਹ ਆਦੇਸ਼ ਜਾਰੀ ਕੀਤੇ ਗਏ? ਹਾਂ, ਦੇਖੋ, ਇੱਕ ਤਾਂ ਹੁੰਦਾ ਵੀ ਸਾਨੂੰ ਉਹਦੇ ਆਰਡਰਾਂ ਦੀ ਸਰਟੀਫਾਈਡ ਕਾਪੀ ਮਿਲੇ, ਉਦੋਂ ਬਾਅਦ ਅਸੀਂ ਆਪਣੇ ਵਕੀਲਾਂ ਕੋਲ ਸਾਰੀ ਡਿਟੇਲਸ ਲੈ ਕੇ ਉਹਦੇ 'ਤੇ ਆਪਣੀ ਰਾਏ ਬਣਾਵਾਂਗੇ ਦੋਵਾਂ ਫੋਰਮਾਂ ਦੀ, ਵੀ ਅਸਲ ਹੈ ਕੀ ਹੈ ਪ੍ਰਤੀਕਿਰਿਆ, ਤਾਂ ਫਿਰ ਅਸਲ ਹੋਊ ਨਾ ਵੀ। ਕਈ ਵਾਰੀ ਦੇਖੋ, ਪਿਛਲੀ ਵਾਰ ਇੱਕ ਵਾਰੀ ਹੋਇਆ ਸੀ, ਮੀਡੀਆ 'ਚ ਰੌਲਾ ਪੈ ਗਿਆ ਵੀ ਕਿਹਾ ਗਿਆ ਵੀ ਕਿਸਾਨ ਆਗੂਆਂ ਨੂੰ ਚੇਨਈ ਭੇਜ ਦੇਣਾ ਚਾਹੀਦਾ, ਤੁਹਾਨੂੰ ਯਾਦ, ਉਹ ਆਰਡਰਾਂ 'ਚ ਲਿਖਿਆ ਵੀ ਨਹੀਂ ਸੀ ਹੈਗਾ, ਹੁਣ ਇਹ ਤਾਂ ਪਤਾ ਲੱਗੂਗਾ। ਚਲੋ, ਫਿਰ ਵੀ ਜੋ ਪਟੀਸ਼ਨ ਕਰਤਵਾ ਦੇ ਵੱਲੋਂ ਪ੍ਰੈਸ ਰਿਲੀਜ਼ 'ਚ ਜੋ ਵੀ ਆਇਆ ਤੁਹਾਡੇ ਸਾਹਮਣੇ, ਜੋ ਮੀਡੀਆ 'ਚ ਆ ਰਿਹਾ, ਜੇ ਇਹੀ ਹੁੰਦਾ ਵਾ ਤਾਂ ਸਾਡੇ ਵਾਲੇ ਗੱਲ 'ਤੇ ਮੋਹਰ ਲੱਗਦੀ ਆ ਵੀ ਅਸੀਂ ਵੀ ਕਿਹਾ ਸੀ ਵੀ ਅਸੀਂ ਰਸਤਾ ਨਹੀਂ ਰੋਕਿਆ ਹੈਗਾ, ਇਹ ਹਰਿਆਣਾ ਜਾਂ ਕੇਂਦਰ ਨੇ ਰਸਤਾ ਰੋਕਿਆ, ਇਹੀ ਮਾਨਯੋਗ ਹਾਈ ਕੋਰਟ ਨੇ ਕਿਹਾ ਹੈਗਾ। ਔਰ ਅਸੀਂ ਇੱਕ ਹਫ਼ਤੇ ਦਾ ਸਮਾਂ ਹੈਗਾ 16 ਨੂੰ ਮੀਟਿੰਗ ਕਰਕੇ, ਕਿਉਂਕਿ ਅਸੀਂ ਤਾਂ ਦਿੱਲੀ ਜਾਣਾ ਸੀਗਾ, ਨਾ ਸ਼ੰਭੂ ਬਾਰਡਰ 'ਤੇ ਬਹਿਣ ਦਾ ਕੋਈ ਸਾਡਾ ਫੈਸਲਾ ਸੀਗਾ, ਅਸੀਂ 2-4 ਵਾਰੀ ਵਧਣ ਦਾ ਯਤਨ ਵੀ ਕੀਤਾ ਪਰ ਸਾਡੇ 'ਤੇ ਬਲ ਪ੍ਰਯੋਗ ਕੀਤਾ ਗਿਆ, 433 ਕਿਸਾਨ ਜ਼ਖਮੀ ਹੋ ਗਏ, ਕਈਆਂ ਦੀਆਂ ਅੱਖਾਂ ਚਲ ਗਈਆਂ, ਨੁਕਸਾਨ ਵੱਡੇ ਹੋਏ, ਇੱਕ ਕਿਸਾਨ ਸ਼ਹੀਦ ਹੋ ਗਿਆ। ਤੋ ਹੁਣ ਅਸੀਂ ਉਸ ਫੈਸਲੇ ਬਾਰੇ, ਜੇ ਵਾਕਿਆ ਹੀ ਬੈਰੀਕੇਡ ਹਟਾਏ ਜਾਂਦੇ ਆ, ਦੋਹਰੇ ਵਿਚਾਰ ਕਰਾਂਗੇ। ਹਾਂ, ਸਾਡਾ ਓਪਨਲੀ ਕਹਿਣਾ ਵੀ ਹੱਲ ਵੀ ਅਸੀਂ ਕੋਈ ਰਸਤਾ ਨਹੀਂ ਸੀ ਰੋਕਿਆ, ਅੱਗੇ ਵੀ ਰਸਤਾ ਸਾਡਾ ਰੋਕਣ ਦਾ ਕੋਈ ਫੈਸਲਾ। ਤੁਹਾਡੇ ਹੀ ਮੈਂ ਜਵਾਬ ਦੇ ਵਿੱਚੋਂ ਸਵਾਲ ਕੱਢਾਂ ਤਾਂ ਫਿਰ ਇਹ ਬਣਦੀ ਹੈ ਗੱਲ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਦਿੱਲੀ ਜਾਣਾ ਸੀ, ਹਰਿਆਣੇ ਰੁਕਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ, ਔਰ ਜੇ ਰਸਤਾ ਖੁੱਲ੍ਹਦਾ ਤਾਂ ਫਿਰ ਅੱਗੇ ਜਾਣ ਬਾਰੇ ਵਿਚਾਰ ਕੀਤਾ ਜਾਵੇ। ਹਾਂ, ਕਿਉਂ ਨਹੀਂ, ਬਿਲਕੁਲ ਸਹੀ ਆ, ਜੇ ਰਸਤਾ ਬੈਰੀਕੇਡ ਖੁੱਲ੍ਹਦੇ ਆ ਤਾਂ ਅਸੀਂ 16 ਵਾਲੀ ਮੀਟਿੰਗ 'ਚ ਫੈਸਲਾ ਕਰਾਂਗੇ, ਕਿਉਂਕਿ ਸਾਡਾ ਦਿੱਲੀ ਜਾਣ ਦਾ ਫੈਸਲਾ ਨਾ, ਅਸੀਂ ਅੱਗੇ ਵਧਣ ਦਾ ਵਿਚਾਰ ਕਰਾਂਗੇ। ਜਿਹੜੀ FSL ਦੀ ਰਿਪੋਰਟ ਹੈ ਉਹਨੇ ਤੁਹਾਡੇ ਜਥੇਬੰਦੀਆਂ 'ਤੇ ਔਰ ਕਿਸਾਨਾਂ 'ਤੇ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਲਗਾਇਆ ਕਿ ਸ਼ਾਰਟਗਨ ਦਾ ਜਿਹੜਾ ਫਾਇਰ ਸੀ ਉਹਦੇ ਨਾਲ ਸ਼ੁਭਕਰਨ ਦੀ ਮੌਤ ਹੋਈ ਹੈ, ਔਰ ਪੁਲਿਸ ਦੇ ਕੋਲ ਉਹਨਾਂ ਦਾ ਕਹਿਣਾ ਕੋਈ ਉਹ ਵੈਪਨ ਨਹੀਂ ਸੀ, ਕਿਸਾਨਾਂ ਦੇ ਵਿੱਚੋਂ ਹੀ ਕਿਸੇ ਨੇ ਉਹਨੂੰ ਗੋਲੀ ਮਾਰੀ। ਹਾਂ, ਦੇਖੋ, ਸਰਕਾਰਾਂ ਜਿਹੜੀ ਹਰਿਆਣਾ ਸਰਕਾਰ ਆ, ਜਿਹੜਾ ਜਬਰ ਉਹਨਾਂ ਵੱਲੋਂ ਕੀਤਾ ਗਿਆ ਅਰਧਸੈਨਿਕ ਫੋਰਸ ਸੀਗੇ, ਉਹੀ ਸਾਰੀ ਇਨਕੁਆਇਰੀ ਕਰ ਰਹੇ ਆ, ਕੁਛ ਵੀ ਕਿਹਾ ਜਾ ਸਕਦਾ। ਤੋ ਸਾਨੂੰ ਤਾਂ ਅਸੀਂ, ਕਿਉਂਕਿ ਇਹ ਮਾਨਯੋਗ ਹਾਈਕੋਰਟ 'ਚ ਰਿਟ ਪਟੀਸ਼ਨ ਪਈ, ਉਹਦੇ 'ਚ ਸਾਰੀ ਕਾਰਵਾਈ ਚੱਲ ਰਹੀ ਆ, ਅਸੀਂ ਤਾਂ ਪਾਰਟ ਵੀ ਨਹੀਂ ਹੈਗੇ। ਅਸੀਂ ਉਦੋਂ ਵੀ ਕਿਹਾ ਸੀ ਵੀ ਜੇ ਮਾਨਯੋਗ ਕਿਸੇ ਹਾਈਕੋਰਟ ਦੇ ਰਿਟਾਇਰਡ ਜੱਜ ਕੋ ਇਹ ਨਿਰਪੱਖਤਾ ਨਾਲ ਇਨਕੁਆਇਰੀ ਕਰੀ ਜਾਏਗੀ, ਸ਼ਾਇਦ ਸੱਚ ਸਾਹਮਣੇ ਆ ਜੇ, ਕਰਨੀਆਂ ਤਾਂ ਸਰਕਾਰ ਦੀਆਂ ਏਜੰਸੀਆਂ ਨਹੀਂ ਹੈਗੀ ਕਾਰਵਾਈ। ਤੋ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਕਹਿਣਾ ਜਾਇਜ਼ ਹੈਗਾ, ਸਾਡੇ ਕੋਲ SLR ਦੇ 20 ਫਾਇਰ ਨੇ, ਉਹਨਾਂ ਦੀਆਂ ਗੋਲੀਆਂ ਨੇ, 12 ਬੋਰ ਦੀਆਂ ਗੋਲੀਆਂ ਨੇ। ਤੋ ਕਿਸਾਨ ਕੋਲ ਇਹੋ ਜਿਹੀ ਗੱਲ ਨਾ ਤਾਂ ਕਦੀ ਹੁੰਦੀ ਆ, ਨਾ ਮੇਰੇ ਖਿਆਲ ਕਦੀ ਪਾਈ ਗਈ ਆ, ਅਤੇ ਨਾਲੇ ਉਹ ਆਪਣਿਆਂ 'ਤੇ ਕਿਉਂ ਵਾਰ ਕਰਨਗੇ? ਪਰ ਜਦੋਂ ਦੁਪਹਿਰੇ ਇਹਨਾਂ ਆਦੇਸ਼ਾਂ ਦਾ ਜ਼ਿਕਰ ਜਿਹੜੇ ਵਕੀਲ ਸਾਹਿਬ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਕੋਰਟ ਨੇ ਪੈਨਲ ਦੇ ਲਈ ਨਾਮ ਮੰਗੇ ਸੀ, ਜਿਹਦੇ ਕਰਕੇ CP ਝੱਜਰ ਜਿਹੜੇ ਨੇ ਉਹਨਾਂ ਨੂੰ SIT ਦਾ ਮੁਖੀ ਬਣਾਇਆ ਗਿਆ। ਦੂਜੇ ਪਾਸੇ ਇਹ ਖਬਰ ਆ ਜਾਂਦੀ ਹੈ ਕਿ FSL ਦੀ ਰਿਪੋਰਟ ਦੇ ਵਿੱਚ ਕਹਿ ਦਿੱਤਾ ਗਿਆ ਕਿ ਗੋਲੀ ਤਾਂ ਕਿਸਾਨਾਂ ਦੇ ਵਿੱਚੋਂ ਕਿਸੇ ਨੇ ਮਾਰੀ। ਹਾਂ, ਦੇਖੋ ਨਾ, ਦੇਖੋ ਇਹ ਕੰਟਰਾਡਿਕਸ਼ਨ ਗੱਲਾਂ ਹੈ ਨੇ। ਦੇਖੋ, ਅਸੀਂ ਇਸੇ ਕਰਕੇ ਹੀ ਨਿੱਜੀ ਤੌਰ 'ਤੇ ਉਹਦੇ ਵਿੱਚ ਨਹੀਂ ਗਏ, ਸਾਡੇ ਤਾਂ ਅੱਜ ਵੀ ਮੰਗ ਹੈਗੀ ਆ ਵੀ ਦੋਸ਼ੀਆਂ ਦੇ ਖਿਲਾਫ਼ ਹਰਿਆਣਾ ਸਰਕਾਰ ਜਾਣਦੀ ਆ FIR ਕੀਤੀ ਜਾਵੇ ਵੀ ਕਿਹਨਾਂ ਨੇ ਆਰਡਰਾਂ 'ਤੇ ਗੋਲੀ ਚੱਲੀ ਆ। ਔਰ ਪੂਰੀ ਦੁਨੀਆ ਜਾਣਦੀ ਆ ਵੀ ਜ਼ਹਿਰੀਲੀ ਗੈਸਾਂ ਦੀ ਵਰਤੋਂ ਹੋਈ ਆ, ਵੱਡੇ ਪੱਧਰ 'ਤੇ ਫਾਇਰਿੰਗ ਹੁੰਦੀ ਰਹੀ ਆ, ਉੱਤੇ ਡਰੋਨਾਂ ਰਾਹੀਂ ਜਿਹੜੇ ਆ ਉਹ ਸ਼ੈਲਿੰਗ ਹੁੰਦੀ ਰਹੀ ਆ, ਪਾਇਲਟ ਗੰਨਾਂ ਇਸਤੇਮਾਲ ਹੋਈਆਂ, ਦੁਨੀਆ ਜਾਣਦੀ, ਇਹ 'ਚ ਕੋਈ ਲੁੱਕ ਛੁਪਣ ਵਾਲੀ ਗੱਲ ਨਹੀਂ ਗੀ। ਪਰ ਹੁਣ ਜੋ ਵੀ ਹੈਗਾ, ਮੈਨੂੰ ਨਹੀਂ ਲੱਗਦਾ ਸਰਕਾਰ ਸੀਰੀਅਸ ਹੈਗੀ ਆ। ਦੂਜਾ, ਤੁਸੀਂ ਅਨਿਲ ਵਿਜ ਜੀ ਦਾ ਬਿਆਨ ਦੇਖਿਆ ਹੋਣਾ, ਸ਼ਾਇਦ ਉਹਨਾਂ ਦੀ ਆਤਮਾ ਝੰਜੋੜੀ ਹੋਊਗੀ, ਉਹਨੇ ਆਪ ਮੰਨਿਆ ਸੀ ਵੀ ਅਸੀਂ ਇਹ ਤੋਂ ਇਨਕਾਰ ਨਹੀਂ ਕਰ ਸਕਦੇ ਵੀ ਸਾਡੇ ਹੁਕਮਾਂ ਤੋਂ ਬਗੈਰ ਉੱਥੇ ਗੋਲੀ ਚੱਲੀ ਹੈਗੀ ਆ, ਤਾਂ ਸਾਰਾ ਕੁਝ ਤਾਂ ਤੁਹਾਡੇ ਸਾਹਮਣੇ ਹੈਗਾ। ਯਾਨੀ ਕਿ ਫਿਰ ਇਸ ਜਾਂਚ ਤੋਂ ਤੁਸੀਂ ਸੰਤੁਸ਼ਟ ਨਹੀਂ ਹੋ, ਤੁਸੀਂ ਕੀ, ਤੁਸੀਂ ਕਿੱਦਾਂ ਦੀ ਜਾਂਚ ਦੀ ਮੰਗ ਕਰ? ਨਹੀਂ, ਦੇਖੋ, ਅਸੀਂ ਤਾਂ ਇੱਕ ਗੱਲ ਤਾਂ ਅਸੀਂ ਹਾਈਕੋਰਟ ਗਏ ਨਹੀਂ ਹੈ, ਪਟੀਸ਼ਨ ਕਰਤਾ ਕੋਈ ਗਿਆ ਹੈਗਾ, ਸਾਨੂੰ ਇਸ ਗੱਲ ਦਾ ਪਤਾ।
ਅਸੀਂ ਤਾਂ ਚਾਹੁੰਦੇ ਹਾਂ ਵੀ ਕੋਈ ਹਾਈ ਕੋਰਟ ਦੇ ਟਾਇਰ ਜੱਜ ਕੋਈ ਦੀ ਜਾਂਚ ਹੋਣੀ ਜੀ। ਵੈਸੇ ਸਾਡੀ ਸਿੰਪਲ ਮੰਗ ਆ ਵੀ ਹਰਿਆਣਾ ਗੌਰਮੈਂਟ ਸਭ ਜਾਣਦੀ ਆ, FIR ਸਿੱਧੀ ਕੱਟਣੀ ਚਾਹੀਦੀ, ਜਾਂਚ ਦੀ ਲੋੜ ਨਹੀਂ ਹੈਗੀ, ਸਾਰੇ ਸਬੂਤ ਤੁਹਾਡੇ ਸਾਹਮਣੇ ਪਏ ਆ। ਜਿੱਦਾਂ ਇੱਕ ਜੇ ਉਹਨਾਂ ਦੀ ਇਮਾਨਦਾਰੀ ਹੋਵੇ ਹਰਿਆਣਾ ਸਰਕਾਰ ਦੀ ਕੇਂਦਰ ਦੀ, ਅਤੇ ਪੁਲਿਸ ਆਪਣੇ ਤੌਰ 'ਤੇ FIR ਕਰਕੇ, ਕਿਉਂਕਿ ਉੱਧਰਲੇ ਪਾਸੋਂ ਸਭ ਕੁਝ ਹੋ ਰਿਹਾ, ਉਹਨਾਂ ਨੂੰ ਪਤਾ ਹੈਗਾ। ਜਿਵੇਂ ਉਹ ਕਹਿ ਰਹੇ ਸੀ ਵੀ ਸਾਨੂੰ ਸਭ ਕੁਝ ਨਜ਼ਰ ਆ ਰਿਹਾ ਵੀ ਬਾਰਡਰ 'ਤੇ ਕੌਣ ਕੀ ਕਰ ਰਿਹਾ, ਅਤੇ ਇਹ ਵੀ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਗੋਲੀ ਕੌਣ ਚਲਾ ਰਿਹਾ। ਪਰ ਇਹਦੇ ਪਿੱਛੇ ਕੀ ਮੰਸ਼ਾ ਸਮਝਦੇ ਹੋ ਕਿ ਇਹ ਗੱਲ ਕਹਿ ਦੇਣਾ ਕਿ ਕਿਸਾਨਾਂ ਦੇ ਵਿੱਚੋਂ ਹੀ ਕਿਸੇ ਨੇ ਗੋਲੀ ਮਾਰੀ, ਕੀ ਕਿਸਾਨਾਂ ਨੂੰ ਬਦਨਾਮ ਕਰਨ ਦੀ? ਹਾਂ, ਕਿਉਂ ਨਹੀਂ, ਹਰਿਆਣਾ ਸਰਕਾਰ ਅਥਵਾ ਮੋਦੀ ਸਰਕਾਰ ਜਿਹਨੇ ਜਬਰ ਕੀਤਾ, ਆਪਣੇ ਪਾਪ ਲਕਾਉਣ ਦਾ ਇੱਕ ਤਰੀਕੇਕਾਰ ਕੱਢਿਆ ਜਾ ਰਿਹਾ, ਪਰ ਮੈਨੂੰ ਨਹੀਂ ਲੱਗਦਾ ਦੁਨੀਆ ਜਾਣਦੀ ਹੈਗੀ ਹੈ।